ਪੰਜਾਬੀ ਰੀਡਰ 6A 2020 ਐਡੀਸ਼ਨ ਲੈਸਨ V ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਪਾਠ ਵਿੱਚ ਅਸੀਂ ਆਨੰਦਪੁਰ ਸਾਹਿਬ ਵਿੱਚ ਇਤਿਹਾਸਿਕ ਘਟਨਾਵਾਂ ਹਿਸਟੋਰੀਕਲ ਇਵੈਂਟਸ ਦੇ ਬਾਰੇ ਵਿੱਚ ਪੜਾਂਗੇ ਬਹੁਤ ਕੁਝ ਹੋਇਆ ਸੀ ਆਨੰਦਪੁਰ ਸਾਹਿਬ ਦੇ ਵਿੱਚ ਆਪਾਂ ਲਾਸਟ ਐਸੇ ਦੇ ਵਿੱਚ ਪੜਿਆ ਸੀ ਕਿ ਆ ਆਨੰਦਪੁਰ ਸਾਹਿਬ ਨੂੰ ਮੁਗਲ ਫੌਜਾਂ ਨੇ ਕੇਰਾ ਪਾਲਿਆ ਸੀ ਨਾ ਕੋਈ ਅੰਦਰ ਜਾ ਸਕਦਾ ਸੀ ਨਾ ਕੋਈ ਬਾਹਰ ਆ ਸਕਦਾ ਸੀ ਰਾਈਟ ਸੋ ਉਸ ਤੋਂ ਬਾਅਦ ਕੀ ਹੋਇਆ ਕਾਫੀ ਆਕੇ ਸ਼ਬਦ ਨੇ ਇਹਦੇ ਵਿੱਚ ਤੇ ਪਹਿਲੇ ਇਹ ਪੜ ਲੰਨੇ ਆ ਫਿਰ ਆਪਾਂ ਐਸੇ ਪੜਦੇ ਆ ਦੁੱਖ ਲੱਗਿਆ ਫੈਲਟ ਹਰਟ ਸਮਾਨ ਥਿੰਗਸ ਘਰ ਵਾਲੀਆਂ ਵਾਈਬਸ ਵਾਦਾ ਪ੍ਰੋਮਿਸ ਥੜਾ ਪਲੇਟਫਾਰਮ ਬੇਦਾਵਾ ਰੈਨੰਸੀਏਸ਼ਨ ਵਿਛੜ ਗਏ ਗਾਟ ਸੈਪਰੇਟਿਡ ਕੇਰਾ ਪਾਲਿਆ ਸਰਾਊਂਡਡ ਅੰਤਿਮ ਸੰਸਕਾਰ ਕਰੀਮੇਸ਼ਨ ਫਾਈਨਲ ਰਾਈਟਸ ਤੋ ਖਾ ਦਿੱਤਾ cheated deceived ਜੰਗ ਜਾਂ ਲੜਾਈ is war ਜੰਗ ਲਈ for war ਸੌਂਪ ਦਿੱਤਾ delivered ਇਤਿਹਾਸਕ historical ਕਿਲਾ fort ਵਜ਼ੀਰ ਖਾਨ ਅਤੇ ਜ਼ਬਰਦਸਤ ਖਾਨ ਨੇ ਮਈ 1704 ਵਿੱਚ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਨਾ ਕੋਈ ਅੰਦਰ ਜਾ ਸਕਦਾ ਨਾ ਕੋਈ ਬਾਹਰ ਆ ਸਕਦਾ ਮੈਂ ਤੋ ਲੈ ਕੇ ਦਸੰਬਰ ਤੱਕ ਸਿੱਖਾਂ ਕੋਲ ਕੋਈ ਸਮਾਨ ਨਾ ਪਹੁੰਚ ਸਕਿਆ ਖਾਣ ਲਈ ਕੁਝ ਨਹੀਂ ਸੀ ਦਰਖਤਾਂ ਦੇ ਪੱਤੇ ਖਾ ਲੰਦੇ ਠੰਡ ਬਹੁਤ ਸੀ ਮਹੀਨੇ ਲੰਘ ਗਏ ਕੁਝ ਸਿੱਖ ਘਬਰਾ ਗਏ ਡਰ ਗਏ ਉਹ ਗੁਰੂ ਜੀ ਕੋਲ ਗਏ ਅਤੇ ਉਹਨਾਂ ਨੂੰ ਇੱਕ ਚਿੱਠੀ ਲਿਖ ਕੇ ਦਿੱਤੀ ਕਿ ਅਸੀਂ ਤੁਹਾਡੇ ਸਿੱਖ ਨਹੀਂ ਹਾਂ ਅਤੇ ਛੱਡ ਕੇ ਜਾ ਰਹੇ ਹਾਂ ਇਸ ਚਿੱਠੀ ਨੂੰ ਬੇਦਾਵਾ ਕਿਹਾ ਜਾਂਦਾ ਹੈ ਜਦ ਉਹ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਹਨਾਂ ਦੇ ਘਰ ਵਾਲਿਆਂ ਨੂੰ ਬਹੁਤ ਦੁੱਖ ਲੱਗਿਆ ਕਿ ਉਹ ਗੁਰੂ ਜੀ ਨੂੰ ਛੱਡ ਕੇ ਆ ਗਏ ਹਨ ਮਾਈ ਪਾਗੋ ਬਹੁਤ ਬਹਾਦਰ ਔਰਤ ਸੀ ਉਸਨੇ ਉਹਨਾਂ ਸਿੱਖਾਂ ਨੂੰ ਕਿਹਾ ਕਿ ਤੁਸੀਂ ਘਰ ਅਤੇ ਬੱਚਿਆਂ ਦਾ ਖਿਆਲ ਰੱਖੋ ਅਤੇ ਅਸੀਂ ਔਰਤਾਂ ਗੁਰੂ ਜੀ ਕੋਲ ਜੰਗ ਲਈ ਜਾਵਾਂਗੇ ਉਹਨਾਂ ਸਿੱਖਾਂ ਨੂੰ ਬਹੁਤ ਸ਼ਰਮ ਆਈ ਉਹਨਾਂ ਵਿੱਚ 40 ਸਿੱਖ ਵਾਪਸ ਗੁਰੂ ਜੀ ਕੋਲ ਗਏ ਇਨਾਂ ਨੇ ਖੇਦਰਾਣੇ ਦੀ ਲੜਾਈ ਵਿੱਚ ਸ਼ਹੀਦੀ ਪਾਈ ਅਤੇ 40 ਮੁਕਤੇ ਬਣੇ ਦਸੰਬਰ 1705 ਵਿੱਚ ਵਜ਼ੀਰ ਖਾਨ ਨੇ ਦਾਵਾ ਕੀਤਾ ਕਿ ਜੇਕਰ ਗੁਰੂ ਜੀ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਣ ਤਾਂ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਏਗਾ 2 ਦਸੰਬਰ 1705 ਦੀ ਰਾਤ ਨੂੰ ਗੁਰੂ ਜੀ ਅਤੇ ਸਿੱਖ ਜਿਵੇਂ ਹੀ ਬਾਹਰ ਨਿਕਲੇ ਮੁਗਲਾ ਨੇ ਧੋਖਾ ਦਿੱਤਾ ਅਤੇ ਉਹਨਾਂ ਨੂੰ ਹਮਲਾ ਕਰ ਉਹਨਾਂ ਤੇ ਹਮਲਾ ਕਰ ਦਿੱਤਾ ਇੱਥੇ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਬਾਕੀ ਸਾਰਿਆਂ ਕੋਲੋਂ ਵਿਛੜ ਗਏ ਗੰਗੂ ਨੌਕਰ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਉਸ ਨੇ ਧੋਖਾ ਦਿੱਤਾ ਅਤੇ ਉਹਨਾਂ ਨੂੰ ਵਜ਼ੀਰ ਖਾਨ ਨੂੰ ਸੌਂਪ ਦਿੱਤਾ ਵਜ਼ੀਰ ਖਾਨ ਨੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿੱਚ ਸ਼ਹੀਦ ਕੀਤਾ ਮਾਤਾ ਗੁਜਰੀ ਜੀ ਵੀ ਉੱਥੇ ਹੀ ਅਕਾਲ ਚਲਾਣਾ ਕਰ ਗਏ ਗੁਰੂ ਗੋਬਿੰਦ ਸਿੰਘ ਜੀ ਅਤੇ ਵੱਡੇ ਦੋ ਸਾਹਿਬਜ਼ਾਦੇ ਚਮਕੌਰ ਸਾਹਿਬ ਵੱਲ ਚਲੇ ਗਏ ਮੁਗਲ ਫੌਜਾਂ ਹਾਲੇ ਵੀ ਉਹਨਾਂ ਦਾ ਪਿੱਛਾ ਕਰ ਰਹੀਆਂ ਸਨ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋਏ ਮਾਈ ਪਾਗੋ ਅਤੇ ਚਾਲੀ ਸਿੰਘ ਗੁਰੂ ਜੀ ਨੂੰ ਖਿਦਰਾਣਾ ਪਿੰਡ ਦੇ ਨੇੜੇ ਮਿਲੇ ਮਾਈ ਪਾ ਗੋ ਤੇ ਸਿੰਘਾਂ ਨੇ ਮੁਗਲ ਫੌਜਾਂ ਦਾ ਮੁਕਾਬਲਾ ਕੀਤਾ ਤਾਂ ਕਿ ਗੁਰੂ ਜੀ ਦੀ ਇਨਜੁਰਜੀ ਅਤੇ ਉਹਨਾਂ ਦੇ ਨਾਲ ਸਿੰਘ ਉੱਥੋਂ ਠੀਕ-ਠਾਕ ਨਿਕਲ ਜਾਣ 40 ਸਿੰਘ ਖਿਦਰਾਣੇ ਦੀ ਲੜਾਈ ਵਿੱਚ 29 ਨਵੰਬਰ 1705 ਨੂੰ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ 40 ਸਿੰਘਾਂ ਨੂੰ 40 ਮੁਕਤੇ ਕਿਹਾ ਅਸੀਂ ਅਰਦਾਸ ਵਿੱਚ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਹਾਂ ਮਾਹੀ ਪਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹੀ ਜਿਹੜੇ 40 ਮੁਕਤੇ ਸ਼ਹੀਦ ਹੋਏ ਸੀ ਉਹ ਗੁਰੂ ਜੀ ਨੂੰ ਮਿਲ ਨਹੀਂ ਸਕੇ ਸੀ ਕਿਉਂਕਿ ਗੁਰੂ ਜੀ ਬਾਅਦ ਵਿੱਚ ਉਸ ਜੰਗ ਦੇ ਮੈਦਾਨ ਵਿੱਚ ਆਏ ਸੀ ਉਹਨਾਂ ਦੇ ਵਿੱਚੋਂ ਇੱਕ ਮੁਕਤਾ ਸੀ ਭਾਈ ਮਹਾ ਸਿੰਘ ਜਿਹਦੇ ਕੋਲ ਬੇਦਾਵਾ ਸੀ ਤਾਂ ਉਹ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਿਆ ਸੀ ਤੁਸੀਂ ਇਸ ਬਾਰੇ ਹੋਰ ਵੀ ਪੜ ਸਕਦੇ ਹੋ ਉਹਦੇ ਵਿੱਚ Google ਤੇ ਜਾ ਕੇ ਸੋਮਵਾਰ ਕਰਦਾ ਕੰਮ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਦੇ ਜਵਾਬ ਲਿਖੋਗੇ ਮੰਗਲਵਾਰ ਬੁੱਧਵਾਰ ਕਰਦਾ ਕੰਮ ਇਹ ਲੇਖ ਕਾਪੀ ਕਰਕੇ ਲਿਖੋ ਸਾਰਾ ਲੇਖ ਕਾਪੀ ਕਰਕੇ ਲਿਖੋ ਆਈ ਥਿੰਕ ਦਿਨ alter ਨੂੰ ਕੀ ਹੋਏਗਾ ਕਿ ਤੁਹਾਡੇ ਲਿਖਣ ਦੀ ਤੁਹਾਨੂੰ ਪ੍ਰੈਕਟਿਸ ਜ਼ਿਆਦਾ ਹੋ ਜਾਈਗੀ ਆਈ ਥਿੰਕ ਯੂ ਨੀਡ ਪ੍ਰੈਕਟਿਸ ਆਈ ਹੈਵ ਅ ਫੀਲਿੰਗ ਥੈਟ ਥਿਸ ਐਂਡ ਥਿਸ ਯਰ ਆਰ ਨਾਟ ਮੈਚਿੰਗ ਥਿਸ ਸ਼ੁੱਡ ਬੀ 1705 Let's check in Google. Can you check and please correct if if you can uh, find the correct information, that'll be helpful. And let me know, TK, If you can find the information, so this is the lesson for today, and I think um, you should do well in this one. And I will see you soon in the next lesson. Until then, Vai ka Khalsa, ki